ਸਤਸ੍ਰੀ ਅਕਾਲ ਹਰਜਸ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਰਪ੍ਰੀਤ ਕੌਰ ਇੱਕ ਵਾਰ ਫੇਰ ਹਾਜ਼ਰਾਂ ਲੈ ਕੇ ਪ੍ਰੋਗਰਾਮ ਸਿਲਸਿਲਾ ਖਬਰਾਂ ਦਾ ਭਾਰਤ ਦੇ ਵਿੱਚ ਕਰੋਨਾ ਦੇ ਕੇਸਾਂ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਅਸੀਂ ਪਿਛਲੇ ਕਿੰਨੇ ਸਮੇਂ ਤੋਂ ਇਹ ਗੱਲ ਸੁਣਦੇ ਆ ਰਹੇ ਹਾਂ 2019 ਤੋਂ ਸ਼ੁਰੂ ਹੋਇਆ ਕਰੋਨਾ ਕ੍ਰੋਨਾ ਵਰਗੀ ਮਹਾਮਾਰੀ ਤੇ ਹੁਣ 2021 ਦੇ ਵਿੱਚ ਅਸੀਂ ਆ 2021 ਦੇ ਲਗਭਗ ਮੱਧ ਦੇ ਵਿੱਚ ਅਸੀਂ ਪਹੁੰਚ ਚੁੱਕੇ ਹਾਂ ਪਰ ਇਸ ਬਿਮਾਰੀ ਤੋਂ ਇਸ ਮਹਾਮਾਰੀ ਤੋਂ ਛੁਟਕਾਰਾ ਹੋਣ ਦਾ ਕੋਈ ਨਾਮੋ ਨਿਸ਼ਾਨ ਨਹੀਂ ਨਜ਼ਰ ਆ ਰਿਹਾ ਬੀਤੇ 24 ਘੰਟਿਆਂ ਦੀ ਗੱਲ ਕਰਦੇ ਹਾਂ ਤਾਂ ਭਾਰਤ ਦੇ ਵਿੱਚ 41078 ਹੋਰ ਨਵੇਂ ਕੇਸ ਸਾਹਮਣੇ ਆਏ ਨੇ ਤੇ ਇਸ ਦੇ ਨਾਲ ਹੁਣ ਸਮੁੱਚੇ ਦੇਸ਼ ਦੇ ਵਿੱਚ ਕਰੋਨਾ ਪੀੜਤਾਂ ਦੀ ਗਿਣਤੀ 2 ਕਰੋੜ 1892676 ਤੱਕ ਹੋ ਗਈ ਆ। ਇਸ ਤੋਂ ਇਲਾਵਾ 1 ਦਿਨ ਦੇ ਵਿੱਚ 4187 ਮੌਤਾਂ ਹੋਈਆਂ ਤੇ ਅੰਕੜਿਆਂ ਦੀ ਜੇ ਗੱਲ ਕਰੀਏ ਤਾਂ ਕੁੱਲ ਮੌਤਾਂ ਦੀ ਗਿਣਤੀ ਵਧ ਕੇ 238270 ਨੂੰ ਵੀ ਪਾਰ ਕਰ ਚੁੱਕੀ ਆ। ਤੇ ਹੁਣ ਦੇਸ਼ ਦੇ ਵਿੱਚ ਐਕਟਿਵ ਕੇਸਾਂ ਦੀ ਗਿਣਤੀ ਵੱਧ ਕੇ 3723446 ਹੋ ਗਈ ਆ ਇਸ ਦੇ ਨਾਲ ਹੀ ਬਹੁਤ ਸਾਰੇ ਮਰੀਜ਼ ਸਿਹਤਯਾਬ ਵੀ ਹੋ ਰਹੇ ਨੇ ਤੇ ਠੀਕ ਹੋ ਚੁੱਕੇ ਮਰੀਜ਼ 1 ਕਰੋੜ 79 ਲੱਖ 30 ਹਜ਼ਾਰ 960 ਦੇ ਕਰੀਬ ਨੇ ਜਿਹੜੀ ਵੱਡੀ ਗੱਲ ਆ ਉਹ ਸੋਚਣ ਵਾਲੀ ਗੱਲ ਆ ਜਾਂ ਸੋਚਣ ਦਾ ਵਿਸ਼ਾ ਉਹ ਇਹ ਆ ਕਿ ਕਰੋਨਾ ਦੇ ਕਰੋਨਾ ਪੀੜਤਾਂ ਦੀ ਇੰਨੀ ਗਿਣਤੀ ਜਾਂ ਗਿਣਤੀ ਦੇ ਵਿੱਚ ਇੰਨਾ ਵਾਧਾ ਹੋਇਆ ਕਿਉਂ ਸੌਆਂ ਦੇ ਵਿੱਚ ਗਿਣਤੀ ਸੀ ਜਿਹੜੀ ਹੁਣ ਕਰੋੜਾਂ ਦੇ ਵਿੱਚ ਪਹੁੰਚ ਚੁੱਕੀ ਆ ਮੌਤਾਂ ਦੀ ਗਿਣਤੀ ਸੌਆਂ ਦੇ ਵਿੱਚ ਸੀਗੀ ਜਿਹੜੀ ਹੁਣ ਹਜ਼ਾਰਾਂ ਦੇ ਵਿੱਚ ਪਹੁੰਚ ਚੁੱਕੀ ਆ ਤੇ ਇਸ ਤੋਂ ਇਲਾਵਾ ਹੁਣ ਲੱਖਾਂ ਤੱਕ ਵੀ ਜਿਹੜੀ ਹੈਗੀ ਹੈ ਮੌਤਾਂ ਦੀ ਗਿਣਤੀ ਉਹ ਪਹੁੰਚ ਚੁੱਕੀ ਆ ਪਰ ਇੱਕ ਦਿਨ ਦੇ ਵਿੱਚ ਜਿਹੜੀ ਸੌਆਂ ਦੇ ਵਿੱਚ ਗਿਣਤੀ ਸੀ ਉਹ ਹੁਣ ਹਜ਼ਾਰਾਂ ਨੂੰ ਵੀ ਪਾਰ ਕਰ ਚੁੱਕੀ ਆ ਜੇ ਪੰਜਾਬ ਦੀ ਗੱਲ ਕਰੀ ਤਾਂ ਪੰਜਾਬ ਦੇ ਵਿੱਚ 171 ਮੌਤਾਂ ਬੀਤੇ 24 ਘੰਟਿਆਂ ਦੇ ਦੌਰਾਨ ਹੋਈਆਂ ਨੇ ਤੇ 9109 ਕੇਸ ਸਾਹਮਣੇ ਆਏ ਨੇ ਬਠਿੰਡੇ ਜ਼ਿਲ੍ਹੇ ਦੀ ਗੱਲ ਕਰੀਏ ਪੰਜਾਬ ਦੇ ਵਿੱਚ ਸਭ ਤੋਂ ਵੱਧ ਪ੍ਰਭਾਵਿਤ ਕਰੋਨਾ ਤੋਂ ਜਿਹੜਾ ਜ਼ਿਲ੍ਹਾ ਉਹ ਬਠਿੰਡਾ ਹੈ ਤੇ ਬਠਿੰਡੇ ਦੇ ਵਿੱਚ ਰੋਜ਼ਾਨਾ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਆ ਕੱਲ ਸ਼ਨੀਵਾਰ ਨੂੰ 17 ਮਰੀਜ਼ ਕਰੋਨਾ ਦੀ ਭੇਟ ਚੜ ਗਏ ਤੇ ਇਸ ਤੋਂ ਇਲਾਵਾ 706 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਤੇ ਬਠਿੰਡੇ ਕੱਲੇ ਬਠਿੰਡੇ ਜ਼ਿਲ੍ਹੇ ਦੇ ਵਿੱਚ 6442 ਕਰੋਨਾ ਦੇ ਕੇਸ ਸਾਹਮਣੇ ਆ ਗਏ ਨੇ ਜਿਹੜਾ ਗੰਭੀਰ ਚਿੰਤਾ ਦਾ ਵਿਸ਼ਾ ਉਹ ਇਹ ਹੈ ਆ ਕੇ ਲੈਵਲ 3 ਦੇ ਸਾਰੇ ਬੈੱਡ ਸਾਰੇ ਹਸਪਤਾਲਾਂ ਦੇ ਵਿੱਚ ਬਠਿੰਡੇ ਜ਼ਿਲ੍ਹੇ ਦੇ ਵਿੱਚ ਭਰ ਚੁੱਕੇ ਨੇ ਜੇ ਕੋਈ ਨਵਾਂ ਮਰੀਜ਼ ਆਉਂਦਾ ਉਹਦੇ ਲਈ ਨਾ ਬੈੱਡ ਆ ਤੇ ਨਾ ਬਹੁਤੀ ਆਕਸੀਜਨ ਤੇ ਦਵਾਈਆਂ ਦੀ ਜਿਹੜੀ ਕਮੀ ਆ ਉਹ ਪਿਛਲੇ ਦਿਨਾਂ ਤੋਂ ਚੱਲ ਹੀ ਰਹੀ ਆ ਅਸੀਂ ਸਾਰੇ ਹੀ ਜਾਣਦੇ ਆ ਜਦੋਂ ਮਰੀਜ਼ ਘਰੇ ਹੁੰਦਾ ਤਾਂ ਉਹ ਛੋਟੇ-ਮੋਟੀ ਉਹਨੂੰ ਕੋਈ ਪ੍ਰੋਬਲਮ ਹੁੰਦੀ ਹੈ ਤਾਂ ਉਹ ਡਾਕਟਰ ਕੋਲੇ ਜਾਣ ਤੋਂ ਗੁਰੇਜ਼ ਕਰਦਾ ਪਰ ਜਦੋਂ ਹਾਲਾਤ ਬਹੁਤ ਵਿਗੜ ਜਾਂਦੇ ਨੇ ਹਾਲਤ ਬਹੁਤ ਵਿਗੜ ਜਾਂਦੀ ਆ ਉਦੋਂ ਉਹ ਡਾਕਟਰ ਦੇ ਕੋਲੇ ਜਾਂਦਾ ਤੇ ਡਾਕਟਰ ਦੇ ਕੋਲੇ ਜਾਣ ਤੱਕ ਉਹ ਲੈਵਲ 3 ਤੱਕ ਪਹੁੰਚ ਚੁੱਕਿਆ ਹੁੰਦਾ ਤੇ ਲੈਵਲ 3 ਦੇ ਮਰੀਜ਼ਾਂ ਦੇ ਨਾਲ ਬਠਿੰਡੇ ਜ਼ਿਲ੍ਹੇ ਦੇ 17 ਨਿੱਜੀ ਹਸਪਤਾਲਾਂ ਦੇ ਤੇ ਇਸ ਤੋਂ ਇਲਾਵਾ ਬਾਕੀ ਜਿੰਨੇ ਹਸਪਤਾਲ ਨੇ ਉਹਨਾਂ ਦੇ ਬੈੱਡ ਸਾਰੇ ਫੁੱਲ ਹੋ ਚੁੱਕੇ ਨੇ ਇਸ ਦੌਰ ਦੇ ਵਿੱਚ ਇਸ ਮਹਾਮਾਰੀ ਦੇ ਇਸ ਨਾਜ਼ੁਕ ਦੌਰ ਦੇ ਵਿੱਚ ਜਿਹੜਾ ਜ਼ਰੂਰੀ ਆ ਉਹ ਇਹ ਆ ਕਿ ਸਰਕਾਰਾਂ ਆਪਣੀ ਜ਼ਿੰਮੇਵਾਰੀ ਤੋਂ ਭੱਜ ਚੁੱਕੀਆਂ ਨੇ ਸਰਕਾਰਾਂ ਕਿਸੇ ਤਰ੍ਹਾਂ ਦੀ ਜ਼ਿੰਮੇਵਾਰੀ ਨਿਭਾਉਣ ਤੋਂ ਅਸਮਰੱਥ ਨਜ਼ਰ ਆ ਰਹੀਆਂ ਨੇ ਜਾਂ ਠੀਠ ਤਾਈ ਦੀ ਹੱਦ ਤੱਕ ਪਹੁੰਚੀਆਂ ਹੋਈਆਂ ਨੇ ਤੇ ਸਭ ਤੋਂ ਵੱਡੀ ਗੱਲ ਜਿਹੜੀ ਹੈਗੀ ਆ ਸੋਚਣ ਵਾਲੀ ਗੱਲ ਉਹ ਹੈ ਕਿ ਅਸੀਂ ਆਪਣਾ ਬਚਾ ਆਪਣੇ ਪਰਿਵਾਰਾਂ ਦਾ ਬਚਾ ਆਪ ਕਰੀਏ ਤਾਂ ਜ਼ਿਆਦਾ ਬਿਹਤਰ ਹੋਊਗਾ ਕਿਉਂਕਿ ਲੋੜੀਂਦੇ ਟੀਕੇ ਨਹੀਂ ਲੱਗ ਰਹੇ ਆਕਸੀਜਨ ਨਹੀਂ ਮਿਲ ਰਹੀ ਦਵਾਈਆਂ ਨਹੀਂ ਮਿਲ ਰਹੀਆਂ ਤੇ ਬੈੱਡ ਨਹੀਂ ਮਿਲ ਰਹੇ ਮਰੀਜ਼ ਨੂੰ ਹਸਪਤਾਲ ਦੇ ਵਿੱਚ ਖੜਨ ਦੇ ਲਈ ਬੈਠਣ ਦੇ ਲਈ ਕੋਈ ਜਗ੍ਹਾ ਨਹੀਂ ਆ ਤਾਂ ਉਸ ਹਾਲਤ ਦੇ ਵਿੱਚ ਮੌਤ ਤੋਂ ਸਿਵਾਏ ਮੂਰੇ ਕੁਝ ਵੀ ਨਜ਼ਰ ਨਹੀਂ ਆ ਰਿਹਾ ਜੇ ਕਿਸੇ ਨੂੰ ਇਸ ਹੱਦ ਤੱਕ ਬਿਮਾਰੀ ਹੋ ਜਾਂਦੀ ਆ ਤੇ ਜ਼ਿਆਦਾਤਰ ਲੋਕ ਇਸ ਦੀ ਭੇਟ ਚੜ ਚੁੱਕੇ ਨੇ ਇਸ ਤੋਂ ਇਲਾਵਾ ਉਧਰ ਭਾਰਤੀ ਮੈਡੀਕਲ ਐਸੋਸੀਏਸ਼ਨ ਦੀ ਜੇ ਗੱਲ ਕਰੀਏ ਉਹਨੇ ਕੇਂਦਰੀ ਸਿਹਤ ਮੰਤਰਾਲੇ ਨੂੰ ਇੱਕ ਪੱਤਰ ਲਿਖਿਆ ਤੇ ਉਹਦੇ ਵਿੱਚ ਉਹਨਾਂ ਨੇ ਸਿਹਤ ਪ੍ਰਬੰਧਾਂ ਤੇ ਡਾਕਟਰਾਂ ਨੂੰ ਸਾਧਵਾਉਣ ਦੇ ਲਈ ਪੂਰੇ ਦੇਸ਼ ਦੇ ਵਿੱਚ ਇਸੇ ਵੇਲੇ ਤੁਰੰਤ ਤਾਲਾਬੰਦੀ ਕਰਨ ਦੀ ਅਪੀਲ ਸਰਕਾਰ ਨੂੰ ਕੀਤੀ ਆ ਉਹਨਾਂ ਨੇ ਕਿਹਾ ਕਿ ਪਿਛਲੇ ਦਿਨਾਂ ਦੇ ਵਿੱਚ ਅਸੀਂ ਜਿਹੜਾ ਕਰੋਨਾ ਦੀ ਪਹਿਲੀ ਲਹਿਰ ਜਦੋਂ ਚੱਲੀ ਸੀ ਤਾਂ ਉਹਦੇ ਵਿੱਚ ਅਸੀਂ 700 ਦੇ ਕਰੀਬ ਜਿਹੜੇ ਡਾਕਟਰ ਨੇ 756 ਦੇ ਕਰੀਬ ਡਾਕਟਰ ਗਵਾਲੇ ਸੀ ਤੇ ਹੁਣ ਦੂਜੀ ਲਹਿਰ ਦੇ ਵਿੱਚ 146 ਦੇ ਕਰੀਬਾਂ ਡਾਕਟਰਾਂ ਦੀ ਮੌਤ ਹੋ ਚੁੱਕੀ ਹੈ ਇਸ ਤੋਂ ਇਲਾਵਾ ਜਿਹੜੇ ਛੋਟੇ ਹਸਪਤਾਲ ਨੇ ਜਾਂ ਛੋਟੇ ਸਿਹਤ ਕੇਂਦਰ ਨੇ ਉਹਨਾਂ ਦੇ ਵਿੱਚ ਜਿਹੜੀ ਗਿਣਤੀ ਉਹਨਾਂ ਦੇ ਵਿੱਚ ਜਿਹੜੀ ਮੌਤਾਂ ਹੋਈਆਂ ਨੇ ਉਹਨਾਂ ਦੀ ਕੋਈ ਗਿਣਤੀ ਹਲੇ ਫਿਲਹਾਲ ਨਜ਼ਰ ਨਹੀਂ ਆ ਰਹੀ ਤੇ ਇਸ ਵੇਲੇ ਆਕਸੀਜਨ ਦਾ ਗੰਭੀਰ ਸੰਕਟ ਸਾਰੇ ਦੇਸ਼ ਦੇ ਸਾਹਮਣੇ ਖੜ੍ਹੀ ਦਵਾਈਆਂ ਨਹੀਂ ਮਿਲ ਰਹੀਆਂ ਵੈਕਸੀਨ ਨਹੀਂ ਮਿਲ ਰਹੀ ਤਾਂ ਉਸ ਦੌਰ ਦੇ ਵਿੱਚ ਜਿਹੜਾ ਉਹਨਾਂ ਨੇ ਇਹ ਸਵਾਲ ਕੀਤਾ ਸਰਕਾਰ ਨੂੰ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਕਿ ਮੌਤਾਂ ਦੀ ਗਿਣਤੀ ਦੀ ਜਿਹੜੀ ਅਸਲੀਅਤ ਆ ਉਹ ਲੋਕਾਂ ਤੋਂ ਲੁਕੋਈ ਕਿਉਂ ਜਾ ਰਹੀ ਆ ਤਾਂ ਇਹਦੇ ਵਿੱਚ ਕਿਤੇ ਨਾ ਕਿਤੇ ਇਹ ਆ ਵੀ ਸਰਕਾਰ ਆਪਣੇ ਆਪ ਨੂੰ ਜਾਂ ਆਪਣੇ ਪ੍ਰਬੰਧਾਂ ਨੂੰ ਜਾਇਜ਼ ਠਹਿਰਾਉਣ ਦੇ ਲਈ ਜਾਂ ਜਿੰਨੀ ਲੋੜ ਹੈਗੀ ਐ ਲੋੜਿੰਦੇ ਪ੍ਰਬੰਧ ਜਿਹੜੇ ਹੈਗੇ ਨੇ ਉਹ ਕਿਤੇ ਜਾ ਰਹੇ ਨੇ ਇਹ ਲੋਕਾਂ ਨੂੰ ਸਾਬਤ ਕਰਨ ਦੇ ਲਈ ਕਿਤੇ ਨਾ ਕਿਤੇ ਮੌਤਾਂ ਦੀ ਅਸਲੀਅਤ ਨੂੰ ਛੁਪਾ ਰਹੀ ਆ ਤੇ ਇਸੇ ਕਰਕੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੂੰ ਵੀ ਭਾਰਤ ਦੇ ਸਿਹਤ ਮੰਤਰਾਲੇ ਨੂੰ ਇਹ ਪੱਤਰ ਲਿਖ ਕੇ ਪੁੱਛਣਾ ਪੈ ਗਿਆ ਕਿ ਤੁਸੀਂ ਲੋਕਾਂ ਤੋਂ ਮੌਤਾਂ ਦੀ ਅਸਲੀਅਤ ਨੂੰ ਛੁਪਾ ਕਿਉਂ ਰਹੇ ਹੋ ਤੇ ਉਹਨਾਂ ਨੇ ਨਾਲ ਹੀ ਕਿਹਾ ਕਿ ਇਹ ਐਸੋਸੀਏਸ਼ਨ ਹੈ ਜਿਹੜੀ ਉਹ ਪਿਛਲੇ 20 ਦਿਨਾਂ ਤੋਂ ਸਿਹਤ ਢਾਂਚੇ ਨੂੰ ਰਾਹਤ ਦੇਣ ਦੇ ਲਈ ਸੂਬਿਆਂ ਦੀ ਬਜਾਏ ਪੂਰੇ ਦੇਸ਼ ਦੇ ਵਿੱਚ ਤਾਲਾਬੰਦੀ ਉੱਤੇ ਜ਼ੋਰ ਦੇ ਰਹੀ ਆ ਕਿ ਸਰਕਾਰ ਨੂੰ ਛੇਤੀ ਤੋਂ ਛੇਤੀ ਤਾਲਾਬੰਦੀ ਕਰ ਦੇਣੀ ਚਾਹੀਦੀ ਹੈ ਕਿਉਂਕਿ ਤਾਲਾਬੰਦੀ ਤੋਂ ਬਿਨਾਂ ਇਸ ਦਾ ਕੋਈ ਵੀ ਹੱਲ ਨਜ਼ਰ ਨਹੀਂ ਆ ਰਿਹਾ ਕੋਰੋਨਾ ਨੂੰ ਸਿਰਫ ਤਾਲਾਬੰਦੀ ਹੀ ਫੈਲਣ ਤੋਂ ਰੋਕ ਸਕਦੀ ਹੈ। ਉਹਨਾਂ ਨੇ ਕਿਹਾ ਕਿ ਤਾਲਾਬੰਦੀ ਨਾ ਲਾਏ ਜਾਣ ਦੀ ਸੂਰਤ ਦੇ ਵਿੱਚ ਹੀ ਮੌਤਾਂ ਦੀ ਗਿਣਤੀ 4000 ਤੋਂ ਟੱਪ ਚੁੱਕੀ ਆ ਤੇ ਮਰੀਜ਼ਾਂ ਦੀ ਗਿਣਤੀ ਇੱਕ ਦਿਨ ਦੇ ਵਿੱਚ ਇੱਕ ਦਿਨ ਦੇ ਵਿੱਚ ਮੌਤਾਂ ਦੀ ਗਿਣਤੀ 4000 ਤੋਂ ਟੱਪ ਚੁੱਕੀ ਆ ਤੇ ਮਰੀਜ਼ਾਂ ਦੀ ਗਿਣਤੀ 4 ਲੱਖ ਤੋਂ ਪਾਰ ਹੋ ਚੁੱਕੀ ਆ। ਤੇ ਇਸ ਦੇ ਨਾਲ ਹੀ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਵੈਕਸੀਨ ਦੀ ਜਿਹੜੀ ਕੀਮਤ ਨੀਤੀ ਆ ਅਸੀਂ ਦੇਖ ਰਹੇ ਹਾਂ ਵੀ ਕੋਈ ਵੈਕਸੀਨ ਕਿੰਨੇ ਦੀ ਆ ਕੋਈ ਕਿੰਨੇ ਦੀ ਆ ਤਾਂ ਉਹਨਾਂ ਦੀਆਂ ਜਿਹੜੀਆਂ ਕੀਮਤਾਂ ਦੇ ਵਿੱਚ ਅੰਤਰ ਆ ਉਹਦੇ ਤੇ ਵੀ ਸਵਾਲ ਕੀਤਾ ਆਕਸੀਜਨ ਸੰਕਟ ਤੇ ਵੀ ਸਵਾਲ ਕੀਤਾ ਉਹਨਾਂ ਨੇ ਕਿਹਾ ਕਿ ਸਰਕਾਰ ਨੂੰ ਅੰਕੜੇ ਨਹੀਂ ਛੁਪਾਉਣੇ ਚਾਹੀਦੇ ਮੌਤਾਂ ਦੀ ਅਸਲੀਅਤ ਲੋਕਾਂ ਦੇ ਸਾਹਮਣੇ ਲਿਆਓ ਤਾਂ ਕਿ ਲੋਕ ਜਾਗਰੂਕ ਹੋਣ ਤੇ ਨਾਲ ਹੀ ਉਹਨਾਂ ਨੇ ਸਰਕਾਰ ਨੂੰ ਵੀ ਕੁੰਭ ਕਰਨੀ ਨੀਂਦ ਤੋਂ ਜਾਗਣ ਦੀ ਗੱਲ ਕਹੀ ਆ ਕਿ ਸਰਕਾਰ ਨੂੰ ਹੁਣ ਆਪਸ ਦੀ ਜਿਹੜੀ ਰਾਜਨੀਤੀ ਆ ਜਾਂ ਰਾਜਨੀਤਿਕ ਲਾਭ ਲੈਣ ਦੀ بجائے ਜਾਂ ਸਿਰਫ ਕ੍ਰੈਡਿਟ ਲੈਣ ਦੀ بجائے ਲੋਕਾਂ ਦੀਆਂ ਜਾਨਾਂ ਦੇ ਬਚਾਉਣ ਦੇ ਵੱਲ ਧਿਆਨ ਦੇਣਾ ਚਾਹੀਦਾ ਹੈ ਇਸ ਦੇ ਨਾਲ ਹੀ ਉਹਨਾਂ ਨੇ ਵੀ ਕਿਹਾ ਵੀ ਜਦੋਂ ਸਿਟੀ ਸਕੈਨ ਦੀ ਰਿਪੋਰਟ ਪੋਜ਼ਿਟਿਵ ਹੋਣ ਦੇ ਬਾਵਜੂਦ ਵੀ ਉਸ ਨੂੰ ਪੋਜ਼ਿਟਿਵ ਨਹੀਂ ਮੰਨਿਆ ਜਾ ਰਿਹਾ ਤਾਂ ਇਸ ਨੂੰ ਕੇਸਾਂ ਦੇ ਵਿੱਚ ਨਹੀਂ ਗਿਣਿਆ ਜਾ ਰਿਹਾ ਤਾਂ ਇਹ ਬਹੁਤ ਹੀ ਗੰਭੀਰ ਚਿੰਤਾ ਦਾ ਵਿਸ਼ਾ ਹੈ ਤੇ ਲੋਕਾਂ ਤੋਂ ਅਸਲੀਅਤ ਸਰਕਾਰ ਨੂੰ ਨੀਚ ਪਾਉਣੀ ਚਾਹੀਦੀ ਲੋਕਾਂ ਨੂੰ ਅਸਲੀਅਤ ਪਤਾ ਲੱਗੂਗੀ ਪਰ ਉਹਦੇ ਨਾਲ-ਨਾਲ ਸਿਰਫ ਮੌਤਾਂ ਦੀ ਅਸਲੀਅਤ ਹੀ ਨਹੀਂ ਪਤਾ ਲੱਗਣੀ ਚਾਹੀਦੀ ਤੁਸੀਂ ਜਾਨਾਂ ਬਚਾਉਣ ਦੀ ਕੋਸ਼ਿਸ਼ ਵੀ ਕਰੋ ਸਰਕਾਰ ਨੂੰ ਉਹਨਾਂ ਨੇ ਕਿਹਾ ਕਿ ਹੁਣ ਸਰਕਾਰ ਨੂੰ ਕੁੰਭ ਕਰਨੀ ਨੀਂਦ ਦੇ ਵਿੱਚੋਂ ਜਾਗ ਜਾਣਾ ਚਾਹੀਦਾ ਸਮਾਂ ਬਹੁਤ ਬੀਤ ਚੁੱਕਿਆ ਨਹੀਂ ਤਾਂ ਵੇਲਾ ਹੱਥ ਨਹੀਂ ਆ ਸਕਦਾ ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਸਾਹਿਬ ਜਾ ਵੱਖ-ਵੱਖ ਸੂਬੇ ਨੇ ਜਿਹੜੇ ਸਾਰੇ ਕਹਿ ਰਹੇ ਨੇ ਕਿ ਅਸੀਂ ਆਪਣੇ ਪੱਧਰ ਤੇ ਕਰ ਰਹੇ ਹਾਂ ਪਰ ਜੇ ਕੇਂਦਰ ਸਰਕਾਰ ਦੀ ਗੱਲ ਕਰਦੇ ਹਾਂ ਤਾਂ ਪ੍ਰਧਾਨ ਮੰਤਰੀ ਸਾਹਿਬ ਵੱਖ-ਵੱਖ ਸੂਬਿਆਂ ਦੇ ਮੁੱਖ ਮੰਤਰੀਆਂ ਦੇ ਨਾਲ ਵੀਡੀਓ ਕਾਨਫਰencing ਦੇ ਰਾਹੀਂ ਫੋਨ ਦੇ ਰਾਹੀਂ ਗੱਲਬਾਤ ਕਰ ਰਹੇ ਨੇ ਕਿ ਕੋਵਿਡ-19 ਨੂੰ ਕਿਸ ਤਰ੍ਹਾਂ ਫੈਲਣ ਤੋਂ ਰੋਕਿਆ ਜਾ ਸਕਦਾ ਜਾਂ ਸੂਬਿਆਂ ਦੇ ਵਿੱਚ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਜਾਣੇ ਚਾਹੀਦੇ ਨੇ ਮੁੱਖ ਮੰਤਰੀਆਂ ਨੂੰ ਕਿਸ ਤਰ੍ਹਾਂ ਦੇ ਐਫਰਟਸ ਆਪਣੇ ਸੂਬਿਆਂ ਦੇ ਵਿੱਚ ਕਰਨੇ ਚਾਹੀਦੇ ਨੇ ਤਾਂ ਉਹਨਾਂ ਨੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਨੂੰ ਵੀ ਫੋਨ ਦੇ ਰਾਹੀਂ ਵੀਰਵਾਰ ਨੂੰ ਉਹਨਾਂ ਨੇ ਗੱਲ ਕੀਤੀ ਉੜੀਸਾ ਦੇ ਤੇਲੰਗਾਨਾ ਦੇ ਤੇ ਝਾਰਖੰਡ ਦੇ ਮੁੱਖ ਮੰਤਰੀ ਦੇ ਨਾਲ ਉਹਨਾਂ ਨੇ ਗੱਲ ਕੀਤੀ ਇਸ ਤੋਂ ਪਹਿਲਾਂ ਉਹਨਾਂ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਾਲ ਗੱਲ ਕੀਤੀ ਸੀ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਸਾਹਿਬ ਦੇ ਨਾਲ ਹੋਈ ਸਾਰੀ ਗੱਲਬਾਤ ਨੂੰ ਜਨਤਕ ਕਰਦਿਆਂ ਉਸ ਕਾਲ ਦੀ ਰਿਕਾਰਡਿੰਗ ਨੂੰ ਜਨਤਕ ਕਰਦਿਆਂ ਇਹ ਕਹਿ ਦਿੱਤਾ ਸੀ ਕਿ ਪ੍ਰਧਾਨ ਮੰਤਰੀ ਸਾਹਿਬ ਸਿਰਫ ਆਪਣੀ ਗੱਲ ਕਰਦੇ ਨੇ ਸਾਡੀ ਨਹੀਂ ਸੁਣਦੇ ਇਸ ਤੋਂ ਬਾਅਦ ਜਿਹੜਾ ਕਰਨਾਟਕ ਵਰਗਾ ਸੂਬਾ ਹੈ ਜਿੱਥੇ ਭਾਜਪਾ ਦੀ ਹੀ ਸਰਕਾਰ ਹੈ ਸੂਬਾ ਸਰਕਾਰ ਵੀ ਭਾਜਪਾ ਦੀ ਹੈ ਉੱਥੋਂ ਦੇ ਮੁੱਖ ਮੰਤਰੀ ਨੇ ਵੀ ਇਹ ਕਿਹਾ ਕੇ ਪ੍ਰਧਾਨ ਮੰਤਰੀ ਸਾਹਿਬ ਸਾਡੀ ਗੱਲ ਨਹੀਂ ਸੁਣਨ ਲਈ ਫੋਨ ਕਰਦੇ ਉਹ ਆਪਣੀ ਗੱਲ ਸੁਣਾਉਣ ਲਈ ਫੋਨ ਕਰਦੇ ਨੇ ਕਿਤੇ ਨਾ ਕਿਤੇ ਉਹਨਾਂ ਦੇ ਵਿੱਚ ਵੀ ਇਹ ਰੋਸ ਪਾਇਆ ਜਾ ਰਿਹਾ ਕਿ ਪ੍ਰਧਾਨ ਮੰਤਰੀ ਸਾਡੀ ਗੱਲ ਨਹੀਂ ਸੁਣ ਰਹੇ ਸਾਡੇ ਸੂਬਿਆਂ ਦੇ ਵਿੱਚ ਹਾਲਾਤ ਬਹੁਤੇ ਬਿਹਤਰ ਨਹੀਂ ਨੇ ਬਹੁਤ ਜਿਹੜਾ ਹੈਗਾ ਬਹੁਤ ਬੁਰਾ ਹਾਲ ਇਸ ਵੇਲੇ ਦਿੱਖ ਰਿਹਾ ਛਤੀਸਗੜ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਵੀ ਇਹ ਦੋਸ਼ ਲਾਇਆ ਕਿ ਸਿਰਫ ਇੱਕ ਪਾਸੜ ਗੱਲਬਾਤ ਹੁੰਦੀ ਹੈ ਜਦੋਂ ਪ੍ਰਧਾਨ ਮੰਤਰੀ ਸਾਹਿਬ ਫੋਨ ਕਰਦੇ ਨੇ ਤਾਂ ਸਾਡੇ ਸਵਾਲ ਜਿਹੜੇ ਅਸੀਂ ਕਰਦੇ ਹਾਂ ਉਹਨਾਂ ਦਾ ਵੀ ਜਵਾਬ ਦੇਣਾ ਉਚਿਤ ਨਹੀਂ ਸਮਝਿਆ ਜਾਂਦਾ ਸਾਨੂੰ ਕਿਸੇ ਤਰ੍ਹਾਂ ਦਾ ਕੋਈ ਜਵਾਬ ਨਹੀਂ ਦਿੱਤਾ ਜਾ ਰਿਹਾ ਤੇ ਇਸ ਤੋਂ ਇਲਾਵਾ ਜਿਹੜੀ ਵੱਡੀ ਗੱਲ ਹੈ ਉਹ ਝਾਰਖੰਡ ਦੇ ਮੁੱਖ ਮੰਤਰੀ ਹਿਮੰਤ ਸੋਰੇਨ ਨੇ ਕੀਤੀ ਆ उन्होंने प्रधानमंत्री साहब न जो फ़ोन पर गल हों उस तो बाद ने ट्वीट करके लिखा लिखिया कहना आदरणीय प्रधानमंत्री जी ने फोन किया उन्होंने सिर्फ अपने मन की बात की बेहतर होता अगर वो काम की बात करते और काम की बात सुनते उन्होंने इस ट्वीट ने बहुत आ, ਹਲਚਾਲੂ ਪੂਰੇ ਦੇਸ਼ ਦੇ ਵਿੱਚ ਮਚਾ ਦਿੱਤੀ ਕਿਉਂਕਿ ਸੱਚਾਈ ਤਾਂ ਲੋਕਾਂ ਨੂੰ ਪਹਿਲਾਂ ਹੀ ਪਤਾ ਪਰ ਮੁੱਖ ਮੰਤਰੀ ਦੇ ਮੰਨ ਦੇ ਵਿੱਚ ਝਾਰਖੰਡ ਦੇ ਮੁੱਖ ਮੰਤਰੀ ਕਿਉਂਕਿ ਝਾਰਖੰਡ ਦੇ ਵਿੱਚ ਜਿਹੜੇ ਹਾਲਾਤ ਨੇ ਉਹ ਬਹੁਤ ਵਿਗੜੇ ਹੋਏ ਨੇ ਇਸ ਵੇਲੇ ਕਰੋਨਾ ਦੇ ਨਾਲ ਬਹੁਤ ਮੌਤਾਂ ਹੋ ਰਹੀਆਂ ਨੇ ਸਾਰੇ ਦੇਸ਼ ਵਿੱਚ ਹੀ ਹੋ ਰਹੀਆਂ ਨੇ ਪਰ ਝਾਰਖੰਡ ਦੇ ਮੁੱਖ ਮੰਤਰੀ ਨੂੰ ਇਹ ਗਿਲਾ ਸੀ ਇਹ ਨਰਾਜਗੀ ਸੀ ਕਿ ਪ੍ਰਧਾਨ ਮੰਤਰੀ ਨੇ ਫੋਨ ਤਾਂ ਕੀਤਾ ਪਰ ਉਹ ਫਾਰਮੈਲਟੀ ਹੀ ਕੀਤੀ ਉਹਨਾਂ ਨੇ ਸਾਡੀ ਗੱਲ ਨਹੀਂ ਸੁਣੀ ਚਾਰਖੰਡ ਦੇ ਵਿੱਚ ਜਿਹੜੇ ਰੈਮਡੀ ਸਿਵਰ ਆ ਉਸ ਦੀ ਬਹੁਤ ਕਮੀ ਪਾਈ ਜਾ ਰਹੀ ਹੈ ਇਸ ਤੋਂ ਇਲਾਵਾ ਉਹਨਾਂ ਨੇ 50000 ਟੀਕੇ ਜਿਹੜੇ ਹੈਗੇ ਨੇ ਉਹ ਬੰਗਲਾਦੇਸ਼ ਤੋਂ ਮੰਗਾਉਣ ਦੇ ਲਈ ਮਨਜ਼ੂਰੀ ਮੰਗੀ ਸੀ ਕੇਂਦਰ ਸਰਕਾਰ ਨੇ ਉਹ ਮਨਜ਼ੂਰੀ ਵੀ ਰੱਦ ਕਰ ਦਿੱਤੀ ਇਸ ਕਰਕੇ ਉਹਨਾਂ ਦੇ ਮਨ ਦੇ ਵਿੱਚ ਇਹ ਆ ਕਿ ਕੇਂਦਰ ਸਰਕਾਰ ਆਪ ਤਾਂ ਕੋਈ ਐਫਰਟ ਨਹੀਂ ਕਰ ਰਹੀ ਆਪ ਤਾਂ ਕੋਈ ਵਿੱਤੀ ਮਦਦ ਸੂਬਿਆਂ ਦੀ ਨਹੀਂ ਕਰ ਰਹੀ ਕਰੋਨਾ ਨੂੰ ਲੈ ਕੇ ਤੇ ਜੇ ਉਹ ਖੁਦ ਆਪਣੇ ਨਾਗਰਿਕਾਂ ਦਾ ਬਚਾਅ ਕਰਨਾ ਚਾਹੁੰਦੇ ਨੇ ਤਾਂ ਉਹਨਾਂ ਨੂੰ ਕਰਨ ਨਹੀਂ ਦਿੱਤਾ ਜਾ ਰਿਹਾ ਹਮ ਅਸੀਂ ਪਿਛਲੇ ਸਮੇਂ ਤੋਂ ਦੇਖੀਏ ਤਾਂ ਤਾਕਤਾਂ ਦਾ ਕੇਂਦਰੀਕਰਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਇੱਕ ਰਾਸ਼ਟ੍ਰਿਕ ਭਾਸ਼ਾ ਦੀ ਗੱਲ ਮੋਦੀ ਸਰਕਾਰ ਵੱਲੋਂ ਕੀਤੀ ਜਾ ਰਹੀ ਆ ਤਾਂ ਉਹ ਕਿਤੇ ਨਾ ਕਿਤੇ ਇਸ ਮਹਾਮਾਰੀ ਦੇ ਦੌਰਾਨ ਵੀ ਮੋਦੀ ਸਰਕਾਰ ਇਸ ਰਾਜਨੀਤੀ ਤੋਂ ਉੱਪਰ ਨਹੀਂ ਉੱਠ ਸਕੀ ਇਹ ਸਾਡੇ ਸਾਰਿਆਂ ਦੇ ਸਾਹਮਣੇ ਆ ਸਾਡੇ ਕਿਸੇ ਤੋਂ ਵੀ ਲੁਕਿਆ ਨਹੀਂ ਕਿਉਂਕਿ ਸੂਬਿਆਂ ਦੇ ਕਿਤੇ ਨਾ ਕਿਤੇ ਜਿਹੜਾ ਹੈਗਾ ਸੂਬਿਆਂ ਨੂੰ ਇਸ ਕਰੋਨਾ ਮਹਾਮਾਰੀ ਦੇ ਲਈ ਜਾਂ ਇਸ ਦੇ ਫੈਲਾਅ ਦੇ ਲਈ ਕੇਂਦਰ ਸਰਕਾਰ ਜ਼ਿੰਮੇਵਾਰ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੀ ਆ ਪਰ ਜੇ ਦੇਖਿਆ ਜਾਵੇ ਇਹਦੇ ਵਿੱਚ ਸੂਬਿਆਂ ਦੀ ਬਹੁਤੀ ਗਲਤੀ ਨਹੀਂ ਕੇਂਦਰ ਸਰਕਾਰ ਦੀ ਗਲਤੀ ਆ ਜਿਆਦਾ ਵੱਡੀ ਗਲਤੀ ਜਾਂ ਜਿਆਦਾ ਵੱਡੇ ਪੱਧਰ ਤੇ ਜਿਹੜੇ ਐਫਰਟਸ ਨੇ ਉਹ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕਰਨੇ ਚਾਹੀਦੇ ਸੀ ਪਰ ਉਹ ਉਸ ਦੇ ਵਿੱਚ ناکਾਮਯਾਬ ਸਾਬਤ ਹੋਇਆ ਔ ਚੋਣਾ ਦੇ ਵਿੱਚ ਚੋਣਵਾਦਿਆਂ ਦੇ ਵਿੱਚ ਉਲਝਿਆ ਕਿਤੇ ਨਾ ਕਿਤੇ ਨਜ਼ਰ ਆਇਆ ਬਹੁਤ ਸਮਾਂ ਬੀਤ ਚੁੱਕਿਆ ਬਹੁਤ ਜਾਣਾਂ ਜਾ ਚੁੱਕੀਆਂ ਨੇ ਤੇ ਕੇਂਦਰ ਸਰਕਾਰ ਇਸ ਵੇਲੇ ਇਸ ਮਹਾਮਾਰੀ ਦੀ ਘੜੀ ਦੇ ਵਿੱਚ ਵੀ ਸੂਬਿਆਂ ਦੀ ਵਿੱਤੀ ਮਦਦ ਨਹੀਂ ਕਰ ਰਹੀ ਜੇ ਤਾਕਤਾਂ ਦੇ ਕੇਂਦਰੀਕਰਨ ਦੀ ਗੱਲ ਕਰੀਏ ਤਾਂ ਪਿਛਲੇ ਕਾਫੀ ਸਮੇਂ ਤੋਂਸੀਂ ਦੇਖ ਰਹੇ ਹਾਂ ਵੀ ਉਹਨਾਂ ਨੇ ਬਹੁਤ ਅੜੀਅਲ ਜਾਂ ਜਾਂ ਤਾਨਾਸ਼ਾਹ ਜਾਂ ਰਵਈਆ ਇੱਕ અપਨਾਇਆ ਹੋਇਆ ਜੇ ਖੇਤੀ ਕਾਨੂੰਨਾਂ ਦੀ ਵੀ ਗੱਲ ਕਰੀਏ ਤਾਂ ਜਦੋਂ ਕਾਨੂੰਨ ਖੇਤੀ ਕਾਨੂੰਨ ਲਿਆਉਣ ਦੀ ਗੱਲ ਉਹਨਾਂ ਨੇ ਕੀਤੀ ਤਾਂ ਉਹ ਖੇਤੀ ਵਾਲਾ ਜਿਹੜਾ ਖੇਤੀ ਦੀ ਸੂਚੀ ਆ ਜਾਂ ਖੇਤੀ ਨਾਲ ਸੰਬੰਧਿਤ ਕਾਨੂੰਨ ਨੇ ਉਹ ਸਾਂਵਰਤੀ ਸੂਚੀ ਦੇ ਵਿੱਚ ਆਉਂਦੇ ਨੇ ਸੰਵਰਤੀ ਸੂਚੀ ਦੇ ਵਿੱਚ ਕੇਂਦਰ ਤੇ ਸੂਬਾ ਸਰਕਾਰ ਦੋਵੇਂ ਕਾਨੂੰਨ ਬਣਾ ਸਕਦੇ ਨੇ ਪਰ ਕੇਂਦਰ ਸਰਕਾਰ ਨੇ ਸੰਵਿਧਾਨ ਦੇ ਨਿਯਮਾਂ ਨੂੰ ਛੱਕੇ ਤੇ ਟੰਗ ਕੇ ਕਿਤੇ ਨਾ ਕਿਤੇ ਖੁਦ ਉਹ ਕਾਨੂੰਨ ਬਣਾ ਦਿੱਤੇ ਤੇ ਲਾਗੂ ਕਰਨ ਦੀ ਗੱਲ ਵੀ ਕਰ ਦਿੱਤੀ ਕੇਂਦਰ ਸੂਬਿਆਂ ਦੀਆਂ ਸਰਕਾਰਾਂ ਨਾਲ ਕਿਸੇ ਤਰ੍ਹਾਂ ਦੀ ਕੋਈ ਸਲਾਹ ਨਹੀਂ ਕੀਤੀ ਸੰਸਦ ਦੀਆਂ ਜਿਹੜੀਆਂ ਸਿਲੈਕਟ ਕਮੇਟੀਆਂ ਨੇ ਉਹਨਾਂ ਦੇ ਕੋਲੇ ਵੀ ਬਿੱਲ ਜਿਹੜਾ ਵਿਚਾਰ ਵਟਾਂਦਰੇ ਲਈ ਨਹੀਂ ਭੇਜਿਆ ਜਾਂਦਾ ਸਿਰਫ ਸਿੱਧਾ ਬਿੱਲ ਆਇਆ ਤੇ ਕਾਨੂੰਨ ਉਹਨੂੰ ਬਣਾਉਣ ਦੀ ਗੱਲ ਕਰ ਦਿੱਤੀ ਜਾਂਦੀ ਹੈ ਤੇ ਇਹ ਜਿਹੜਾ ਤਾਨਾਸ਼ਾਹ ਰਵਈਆ ਉਹ ਕਿੰਨੇ ਸਮੇਂ ਤੋਂ ਦੇਖ ਰਹੇ ਹਾਂ ਅਸੀਂ ਇਹੇ ਹੁਣ ਮਹਾਮਾਰੀ ਦੇ ਇਸ ਦੌਰ ਦੇ ਵਿੱਚ ਵੀ ਇਸ ਕੋਵਿਡ-19 ਦੇ ਸੰਕਟ ਦੇ ਦੌਰਾਨ ਵੀ ਜਿਹੜੀ ਰਾਜਨੀਤੀ ਲੋਕਾਂ ਦੀਆਂ ਜਾਣਾਂ ਤੋਂ ਵੱਧ ਕੀਮਤੀ ਹੋਈ ਪਈ ਹੈ ਸਰਕਾਰ ਦੇ ਕੋਲੇ ਵੈਕਸੀਨ ਨੂੰ ਲੈ ਕੇ ਆਕਸੀਜਨ ਨੂੰ ਲੈ ਕੇ ਵੱਖ-ਵੱਖ ਸੂਬਾ ਤੇ ਕੇਂਦਰ ਸਰਕਾਰ ਦੇ ਵਿੱਚ ਝਗੜੇ ਚੱਲ ਰਹੇ ਨੇ ਕਿਤੇ ਨਾ ਕਿਤੇ ਲੋਕਾਂ ਦੀਆਂ ਜਾਨਾਂ ਤੋਂ ਉੱਪਰ ਜਿਹੜੇ ਸੂਬੇ ਦੇ ਵਿੱਚ ਭਾਜਪਾ ਦੀ ਸਰਕਾਰ ਆ ਜਾਂ ਜਿਹੜੇ ਸੂਬੇ ਦੇ ਵਿੱਚ ਭਾਜਪਾ ਵਿਰੋਧੀ ਸਰਕਾਰ ਆ ਜਾਂ ਕਿਸੇ ਹੋਰ ਭਾਜਪਾ ਤੋਂ ਇਲਾਵਾ ਕਿਸੇ ਹੋਰ ਪਾਰਟੀ ਦੀ ਸਰਕਾਰ ਆ ਉਹਨਾਂ ਦੇ ਨਾਲ ਜਿਹੜਾ ਡਿਸਕ੍ਰਿਮੀਨੇਸ਼ਨ ਆ ਉਹ ਵੀ ਕਿਤੇ ਨਾ ਕਿਤੇ ਸਾਹਮਣੇ ਆਇਆ ਤੇ ਇਸ ਤੋਂ ਇਲਾਵਾ ਜਿਹੜੀ ਇਸ ਵੇਲੇ ਲੋਡ ਆ ਉਹ ਮਿਲਵਰਤਨ ਦੀ ਨੀਤੀ ਦੀ ਲੋਡ ਹੈ ਕਿਉਂਕਿ ਭਾਰਤ ਦੇ ਵਿੱਚ ਫੈਡਰਲਿਜ਼ਮ ਦਾ ਢਾਂਚਾ ਪਿਛਲੇ ਸਮੇਂ ਤੋਂ ਚੱਲਦਾ ਆ ਰਿਹਾ ਤੇ 2014 ਦੇ ਵਿੱਚ ਮੋਦੀ ਸਰਕਾਰ ਨੇ ਵੀ ਫੈਡਰਲਿਜ਼ਮ ਦਾ ਨਾਅਰਾ ਲਾ ਕੇ ਹੀ ਇਹ ਸਰਕਾਰ ਸੱਤਾ ਦੇ ਵਿੱਚ ਆਈ ਸੀ ਪਰ ਕਿਤੇ ਨ ਕਿਤੇ ਇਹ ਉਸ ਚੀਜ਼ ਨੂੰ ਭੁੱਲ ਕੇ ਤਾਕਤਾਂ ਦੇ ਕੇਂਦਰੀਕਰਨ ਤੇ ਜਾਂ ਰਾਜਨੀਤੀ ਤੇ ਹੀ ਧਿਆਨ ਦੇ ਰਹੇ ਨੇ ਪਰ ਇਸ ਵੇਲੇ ਜ਼ਰੂਰੀ ਨਾਗਰਿਕਾਂ ਦੀ ਜਾਨ ਕਿਉਂਕਿ ਰਾਜਨੀਤਿਕ ਕਰਨ ਦੇ ਲਈ ਬਹੁਤ ਵਕਤ ਪਿਆ ਕਦੇ ਵੀ ਕੀਤੀ ਜਾ ਸਕਦੀ ਆ ਪਰ ਜੇ ਇੱਕ ਵਾਰ ਕਿਸੇ ਪਰਿਵਾਰ ਦਾ ਜੀ ਜਿਹਦਾ ਚਲੇ ਜਾਂਦਾ ਉਹ ਵਾਪਸ ਨਹੀਂ ਆ ਸਕਦਾ ਇਸ ਕਰਕੇ ਕੇਂਦਰ ਸਰਕਾਰ ਨੂੰ ਵੀ ਮਿਲਵਰਤਨ ਦੀ ਨੀਤੀ ਅਪਣਾਉਣ ਦੀ ਲੋੜ ਆ ਇਸ ਤੋਂ ਇਲਾਵਾ ਲੋਕਾਂ ਨੂੰ ਆਪਣਾ ਬਚਾ ਆਪ ਕਰਨ ਦੀ ਲੋੜ ਹੈ ਕਿਉਂਕਿ ਇਹ ਸਰਕਾਰਾਂ ਕਦੇ ਕਿਸੇ ਦੀਆਂ ਸਖੀਆਂ ਨਹੀਂ ਹੋਈਆਂ ਇਹਨਾਂ ਸਰਕਾਰਾਂ ਨੂੰ ਤੁਹਾਡੀ ਜਾਨ ਜਾਂਦੀ ਹੈ ਜਾਵੇ ਤੁਹਾਡੇ ਪਰਿਵਾਰ ਦਾ ਜੀ ਜਾਂਦਾ ਹੈ ਜਾਵੇ ਇਹਨਾਂ ਨੂੰ ਕੋਈ ਬਹੁਤਾ ਫਰਕ ਨਹੀਂ ਪੈਂਦਾ ਕਿਉਂਕਿ ਇਹਨਾਂ ਸਰਕਾਰਾਂ ਨੂੰ ਤਾਂ ਆਪਣੇ ਮੰਤਰੀਆਂ ਸੰਤਰੀਆਂ ਦਾ ਕੋਈ ਫਰਕ ਨਹੀਂ ਪਿਆ ਆਪਣੇ ਵਿਧਾਇਕਾਂ ਦਾ ਕੋਈ ਫਰਕ ਨਹੀਂ ਪਿਆ ਉਹ ਆਕਸੀਜਨ ਖੁਣੋ ਉਹ ਐਂਬੂਲੈਂਸ ਖੁਣੋ ਮਰ ਗਏ ਤਾਂ ਫਿਰ ਤੁਸੀਂ ਤਾਂ ਇਹਨਾਂ ਦੇ ਲਈ ਕਿਹੜੇ ਬਾਗ ਦੀ ਮੂਲੀਓ ਇਸ ਕਰਕੇ ਤੁਸੀਂ ਆਪਣਾ ਬਚਾਅ ਆਪ ਕਰੋ ਆਪਣੇ ਘਰਾਂ ਦੇ ਵਿੱਚ ਰਹੋ ਵਦ ਤੋਂ ਵਦ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਦੀ ਕੋਸ਼ਿਸ਼ ਕਰੋ ਇਹ ਹੀ ਸਾਡੀ ਤੁਹਾਨੂੰ ਅਪੀਲ ਹੈ ਕੱਲ ਫਿਰ ਹਾਜ਼ਰ ਹੋਵਾਂਗੇ ਨਵੀਆਂ ਖਬਰਾਂ ਦੇ ਨਾਲ ਉਦੋਂ ਤੱਕ ਤੁਸੀਂ ਜੁੜੇ ਰਹੋ ਹਰਜਸ ਟੀਵੀ ਦੇ ਨਾਲ ਸਤਿ ਸ੍ਰੀ ਅਕਾਲ